ਮਾਹਲਪੁਰ ਦੇ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫ਼ਤਰ ਵਿਖੇ ਅੱਜ ਮਾਹੌਲ ਉਸ ਵਕਤ ਗਰਮਾ ਗਿਆ ਜਦੋਂ ਪਿਛਲੇ 1.5 ਸਾਲ ਤੋਂ ਪੈਨਸ਼ਨ ਲੈਣ ਲਈ ਦਫ਼ਤਰ ਦੇ ਚੱਕਰ ਕੱਟ ਰਿਹਾ ਦਰਜਾ 4 ਕਰਮਚਾਰੀ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਾਹਮਣੇ ਧਾਹੀ ਰੋਪਿਆ ਅਤੇ ਪੀੜਿਤ ਵਿਅਕਤੀ ਨੇ ਮਹਿਲਾ ਲੇਖਾਕਾਰ ਤੇ 5,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਾਉਂਦੇ ਹੋਇਆਂ ਇੱਕ ਵੀਡੀਓ ਵੀ ਜਨਤਕ ਕੀਤੀ ਹੈ। ਜਾਣਕਾਰੀ ਦਿੰਦਿਆਂ ਪੀੜਿਤ ਰਾਮਦੇਵ ਨੇ ਦੱਸਿਆ ਕਿ ਉਹ 30 ਸਤੰਬਰ 2021 ਨੂੰ ਸਥਾਨਕ BDPO ਦਫ਼ਤਰ ਤੋਂ ਦਰਜਾ 4 ਵਜੋਂ ਰਿਟਾਇਰਡ ਹੋਇਆ ਸੀ ਅਤੇ ਕੁਛ ਦਿਨਾਂ 'ਚ ਹੀ ਉਸ ਵੱਲੋਂ ਆਪਣੇ ਬਣ ਦੇ ਪਤੇ ਲੈਣ ਲਈ ਫਾਈਲ ਤਿਆਰ ਕਰਕੇ ਦਫ਼ਤਰ ਦੀ ਲੇਖਾਕਾਰ ਨੂੰ ਦਿੱਤੀ ਗਈ ਸੀ, ਪਰੰਤੂ ਉਸ ਵੱਲੋਂ ਫਾਈਲ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਬਹਾਨੇਬਾਜ਼ੀ ਕਰਕੇ ਉਸ ਨੂੰ ਬੇਰੰਗ ਤੋੜ ਦਿੱਤਾ ਜਾਂਦਾ ਸੀ। ਪੀੜਤ ਨੇ ਦੱਸਿਆ ਕਿ ਮਹਿਲਾ ਲੇਖਾਕਾਰ ਨੇ ਉਸ ਕੋਲੋਂ ਫਾਈਲ ਦੀ ਕਾਰਵਾਈ ਲਈ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਉਪਰੰਤ ਉਸ ਵੱਲੋਂ 5,000 ਰੁਪਏ ਅਤੇ ਕੁਝ ਹੋਰ ਸਮਾਨ ਵੀ ਉਸ ਨੂੰ ਦਿੱਤਾ ਗਿਆ ਸੀ, ਜਿਸ ਦੀ ਕਿ ਉਸ ਵੱਲੋਂ ਬਕਾਇਦਾ ਵੀਡੀਓ ਵੀ ਬਣਾਈ ਗਈ ਸੀ, ਪਰੰਤੂ ਫਿਰ ਵੀ ਲੇਖਾਕਾਰ ਉਸ ਦਾ ਕੰਮ ਨਹੀਂ ਕਰ ਰਹੀ ਹੈ। ਦੂਜੇ ਪਾਸੇ ਮਹਿਲਾ ਅਧਿਕਾਰੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਾਮਦੇਵ ਵੱਲੋਂ ਉਸ ਉੱਪਰ ਬੇਬੁਨਿਆਦ ਦੋਸ਼ ਲਾਏ ਗਏ ਨੇ ਅਤੇ ਉਸ ਦੀ ਫਾਈਲ ਦੀ ਵਿਭਾਗ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਦੋਂ BDPO ਧਰਮਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਰਾਮਦੇਵ ਦੇ ਬਣਦੇ ਪੱਤੇ ਉਸ ਨੂੰ ਅਦਾ ਕਰ ਦਿੱਤੇ ਗਏ ਨੇ ਅਤੇ ਜੋ ਕੁਝ ਵੀ ਬਾਕੀ ਰਹਿੰਦਾ ਉਸ 'ਤੇ ਵੀ ਕੰਮ ਜਾਰੀ ਹੈ। ਰਿਸ਼ਵਤ ਦੀ ਵੀਡੀਓ ਵਾਲੇ ਸਵਾਲ ਤੋਂ ਉਹਨਾਂ ਕਿਹਾ ਕਿ ਜਦੋਂ ਉਹਨਾਂ ਕੋਲ ਵੀਡੀਓ ਆਵੇਗੀ ਤਾਂ ਉਹ ਤੁਰੰਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਣਗੇ। ਮਾਹਲਪੁਰ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਦੀਪਕ ਅਗਨੀਹੋਤਰੀ ਦੀ ਰਿਪੋਰਟ। ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਰਾਮਦੇਵ। ਕੀ ਸੀ ਪੋਸਟ ਇੱਥੇ ਤੁਹਾਡੀ? ਮਾਲੀ ਕੰਮ ਚੌਕੀਦਾਰ। ਤੁਹਾਡੇ ਕੋਲੋਂ ਤੁਹਾਡੇ ਜਿਹੜੇ ਰਿਟਾਇਰਮੈਂਟ ਦੇ ਪੈਸੇ ਦੇਣ ਲਈ ਕਿਸ ਕਲਰਕ ਨੇ ਪੈਸੇ ਲਏ ਆ? ਬੀਬੀ ਜਸਬੀਰ ਕੌਰ ਲੇਖਾ ਕਲਰਕ। ਕੀ ਲਿਆ ਤੁਹਾਡੇ ਕੋਲੋਂ? ਮੇਰੇ ਕੋਲ ਇੱਕ ਸੂਟ, 500 ਰੁਪਈਆ, ਇੱਕ ਲੱਡੂਆਂ ਦਾ ਡੱਬਾ ਜਦੋਂ ਮੇਰੇ ਰੇਅਰ ਹੋਇਆ ਉਦੋਂ ਦਿੱਤਾ। ਉਸ ਤੋਂ ਬਾਅਦ ਇਹ ਨਹੀਂ, ਮੇਰਾ ਕੋਈ ਕੇਸ ਤਿਆਰ ਕਰਨ ਲਈ ਮੈਂ ਗੇੜੇ ਮਾਰਦਾ ਰਿਹਾ 6 ਮਹੀਨੇ 7 ਮਹੀਨੇ, ਮੇਰੇ ਰਿਕਾਰਡ ਨੂੰ ਹੱਥ ਨਹੀਂ ਲਾਇਆ। 7 ਮਹੀਨੇ ਬਾਅਦ ਕਿੰਨੇ ਪੈਸੇ ਲਏ ਨੇ? 5,000 ਰੁਪਈਆ ਜੀ। ਜਿਹੜੀ ਤੁਸੀਂ ਵੀਡੀਓ ਦਿਖਾਈ ਆ ਇਹਨੂੰ ਪੈਸੇ ਦਿੰਦੇ ਦੀ, ਉਹ ਤੁਸੀਂ ਆਪ ਬਣਾਈ ਸੀ? ਮੈਂ ਆਪ ਖੁਦ ਬਣਾਈ ਸੀ, ਮੈਨੂੰ ਵੀਡੀਓ ਬਣਾਉਣੀ ਨਹੀਂ ਆਉਂਦੀ ਸੀ, ਹਾਰ ਕੇ ਮੈਨੂੰ ਕਿਸੇ ਤੋਂ ਸਿੱਖਣੀ ਪਈ। 1/2 ਘੰਟੇ ਦੀ ਵੀਡੀਓ ਹੈਗੀ ਹੈ, ਮੈਂ ਬਾਹਰੋਂ ਕੈਮਰਾ ਲਵਾ ਕੇ ਮੈਨੂੰ ਆਜ ਦਿਨ ਕਰ ਵੀਡੀਓ ਬਣਾਉਣੀ ਨਹੀਂ ਆਉਂਦੀ। ਮੈਂ ਅਨਪੜ੍ਹ ਆਦਮੀ ਸੀ, ਜੇ ਇੰਨਾ ਹੀ ਜਾਣਦਾ ਹੁੰਦਾ ਫਿਰ ਮੈਂ ਇਹਦੀ ਵੀਡੀਓ ਬਣਾਈ ਪੈਸੇ ਦਿੰਦਿਆਂ ਦੇ। ਲਏ ਨਹੀਂ ਹੈਗੇ ਆ? ਮੇਰੇ ਕੋਲ ਸਭ ਪ੍ਰੂਫ ਹੈ ਜੀ। ਅੱਛਾ ਜੀ, ਹਾਂ। ਕਿੰਨੇ ਪੈਸੇ ਲਏ ਆ ਟੋਟਲ? ਉਸ ਦਿਨ ਇਹਨੇ 5,000 ਮੰਗੇ ਸੀ, 3,000 ਮੇਰੇ ਕੋਲ ਸੀਗਾ ਜੀ। 3,000 ਰੁਪਈਆ ਲਿਆ, 2,000 ਤਾਂ ਇਹਨਾਂ ਦਾ ਵਾਧਾ ਵੀ ਗਰੇਟੀ ਆ ਲੈਂਦੇ ਤਾਂ ਮੈਂ ਦੇ ਦਊਂਗਾ ਜੀ। ਉਸ ਤੋਂ ਪਹਿਲਾਂ ਵੀ ਇਹਨਾਂ ਨੂੰ ਇੱਕ ਸੂਟ, 500 ਰੁਪਈਆ, ਲੱਡੂਆਂ ਦਾ ਡੱਬਾ, ਰਿਟਾਇਰਮੈਂਟ ਤੇ ਮੈਂ ਕਿਹਾ ਮੈਡਮ ਜੀ ਮੈਂ ਕਿਹਾ ਮੇਰਾ ਕੇਸ ਤਿਆਰ ਕਰ ਦਿਓ ਜਲਦੀ ਤੋਂ ਜਲਦੀ, ਤੁਸੀਂ ਇਕੱਲੇ ਹੈਗੇ ਆ, ਤੁਸੀਂ ਕਰਨਾ, ਸੁਣਨ ਦੀ ਪੋਸਟ ਖਾਲੀ ਸੀ, ਹੋਰ ਕੋਈ ਹੈ ਨਹੀਂ ਸੀ। ਤੇ ਮੈਂ ਇਹਨਾਂ ਨੂੰ ਅੱਜ ਵੀ ਇਹਨਾਂ ਨੇ ਕਿਹਾ ਤੇਰਾ ਜਲਦੀ ਤੋਂ ਜਲਦੀ ਮੈਂ ਕਰ ਦਾਂਗਾ। ਮੈਂ ਕਿਹਾ ਬੜੀ ਮਿਹਰਬਾਨੀ ਮੈਡਮ ਜੀ, ਤੁਹਾਡੇ ਤੁਹਾਡੇ ਸਾਹਮਣੇ ਹੀ ਕਹਿੰਦਾ ਉਹ ਪੈਸੇ। ਸਰ ਜੀ ਮੈਂ ਤੁਹਾਨੂੰ ਦੱਸਿਆ, ਇਹਨੂੰ ਤੁਹਾਨੂੰ ਦੱਸ ਦਿੱਤਾ, ਤੁਸੀਂ ਇਹ ਦੇਖ ਲਓ, ਤੁਸੀਂ ਸਬੂਤ ਇਹਨਾਂ ਤੋਂ ਪੁੱਛ ਲਓ, ਮੇਰਾ ਦੇਖ ਲਓ, ਮੇਰਾ ਜੋ ਮੈਂ ਬਣਾ ਕੇ ਇਹਨਾਂ ਦਾ ਭੇਜਿਆ ਮੇਰੀ ਕੈਸ਼ ਬੁੱਕ ਸਾਰੇ ਚ ਦਰਜ ਆ। ਜੋ ਮੈਨੂੰ ਚਿੱਠੀ ਜਿੱਦਾਂ ਮਾਰ, ਪਹਿਲੀ ਗੱਲ ਮੈਨੂੰ ਮਾਰ ਕੇ ਨਹੀਂ ਹੁੰਦੀ, ਮੈਂ ਸਾਡੀ ਗੁਆਂਢਣ ਦੀ ਸੀਟ ਖਾਲੀ ਕਰਕੇ ਮੈਡਮ ਹੁਣ ਵੀ ਜਿੱਦਾਂ 2-3 ਹਫ਼ਤਿਆਂ ਤੋਂ ਉਹਨਾਂ ਤੋਂ ਆ ਨਹੀਂ ਹੋਇਆ, ਉਹ ਮੈਡੀਕਲ ਛੁੱਟੀ ਤੇ ਸੀਗੇ। ਬਾਕੀ ਜਿਹੜੀ ਗ੍ਰੈਚੁਟੀ ਸਾਡੀ ਸੰਮਤੀ ਵਿੱਚ ਪੈਸੇ ਨਹੀਂ ਹੈਗੇ, ਸਾਡੀ ਸੰਮਤੀ ਦੀ ਹਾਲਤ ਮਾੜੀ ਆ,
ਇਸ ਕਰਕੇ ਜਿਹੜੀ ਅਸੀਂ ਡਿਮਾਂਡ ਬਣਾ ਕੇ ਮੈਡਮ ਲੇਖਾਕਾਰ ਮਾਰਕ ਹੋਈ ਆ ਜਿਹੜੇ ਕਿ ਜਿੱਦਾਂ ਹਫ਼ਤੇ ਬਾਅਦ ਇੱਕ ਦਿਨ ਆਉਂਦੇ ਆ ਤਾਂ ਉਹ ਅਸੀਂ ਡਿਮਾਂਡ ਬਣਾ ਕੇ ਉਹਨਾਂ ਨੇ ਉਹ ਤੁਹਾਡੇ 'ਤੇ ਦੋਸ਼ ਲਾਉਂਦੇ ਆ ਵੀ ਤੁਸੀਂ ਪੈਸੇ ਵੀ ਲਏ ਉਹਨਾਂ ਕੋਲੋਂ ਨਹੀਂ ਸਰ ਇਹ ਤਾਂ ਹੁਣ ਜਿੱਦਾਂ ਤੁਸੀਂ ਕਹੋਗੇ ਅਸੀਂ ਜੋ ਵੀ ਕੇਸ ਬਣਵਾਏ ਪਹਿਲਾਂ ਬਾਹਰੋਂ ਬਣਵਾਏ ਇਹਨਾਂ ਨੇ ਆਪ ਬਣਾਏ ਬਾਹਰੋਂ ਪੈਸੇ ਦੇ ਕੇ ਬਣਵਾਏ ਕਿੱਦਾਂ ਬਣਾਏ ਪਤਾ ਨਹੀਂ ਸਾਡੇ ਸੁਪਰੀਮ ਦੀ ਸੀਟ ਵੀ ਖਾਲੀ ਸੀਗੀ ਲੇਖਾਕਾਰ ਦੀ ਸੀਟ ਤੁਹਾਡੀ ਉਹਨਾਂ ਨੇ ਵੀਡੀਓ ਹੀ ਬਣਾ ਲਈ ਪੈਸੇ ਲੈਂਦੇ ਆ ਦੀ ਨਹੀਂ ਸਰ ਇਦਾਂ ਦਾ ਕੁਛ ਨਹੀਂ ਹੈਗਾ ਮੈਂ ਦਿਖਾ ਦਿੰਦਾ ਤੁਹਾਨੂੰ ਇਦਾਂ ਕਰ ਲਓ ਨਹੀਂ ਜਦ ਮੈਂ ਦਿਖਾ ਵੀ ਤੈਨੂੰ ਇਹ ਗੱਲ ਗਲਤ ਆ ਤੁਸੀਂ ਪੈਸੇ ਨਹੀਂ ਲਏ ਨਹੀਂ ਸਰ ਹਾਂ ਤਾਂ ਜਿਹੜਾ ਗਲਤ ਆ ਰਾਮਦੇਵ ਕਿਤੇ ਸਾਡਾ ਉਹ ਨਹੀਂ ਹੈਗਾ ਸਾਡਾ ਮੁਲਾਜ਼ਮ ਮੈਂ ਇੱਥੇ ਇਹਨਾਂ ਕੋਲ 5 ਸਾਲ ਜੋਬ ਕੀਤੀ ਆ ਸਾਹਿਬ ਆ ਜਿਹੜੇ ਦਰਜਾ 4 ਕਰਮਚਾਰੀ ਰਿਟਾਇਰ ਹੋਏ ਆ ਉਹ ਮੈਡਮ ਤੇ ਇਲਜ਼ਾਮ ਲਾਉਂਦੇ ਆ ਰਿਸ਼ਵਤ ਲੈ ਕੇ ਵੀ ਕੰਮ ਨਾ ਕਰਨ ਦਾ ਕੀ ਮਾਮਲਾ ਇਹ ਦੇਖੋ ਭਾਜੀ ਗੱਲ ਇਸ ਤਰ੍ਹਾਂ ਇਹਨਾਂ ਦਾ CPF ਜਿਹੜਾ ਸੀ ਨਾ ਆਪਾਂ ਪੇ ਕਰਤਾ ਇਹਨਾਂ ਨੂੰ ਜੀ ਤੇ ਜਿਹੜੀ ਲੀਵ ਇਨਕੈਸ਼ਮੈਂਟ ਜੀ ਉਹ ਵੀ ਅਸੀਂ ਇਹਨੂੰ ਦੇ ਦਿੱਤੀ ਹੈਗੀ ਆ ਜੀ ਹੁਣ ਇਹਨਾਂ ਦਾ ਕੇਸ ਗ੍ਰੈਜੂਟੀ ਤਾਂ ਬਣ ਕੇ ਆਇਆ ਉਹ ਅਸੀਂ ਡਿਮਾਂਡ ਭੇਜਣੀ ਸਰਕਾਰ ਨੂੰ ਮੈਂ ਉਹ ਲੈਟਰ ਮਾਰਕ ਕਰਤਾ ਸੀ ਕਾਉਂਸਲਰ ਮੈਡਮ ਨੂੰ ਮੈਂ ਕਿਹਾ ਜੀ ਡਿਮਾਂਡ ਬਣਾ ਕੇ ਭੇਜ ਦਿਓ ਜਿਹੜੇ ਉਹ ਰਿਸ਼ਵਤ ਦੇ ਉਹਨਾਂ ਨੇ ਇੱਕ ਵੀਡੀਓ ਬਣਾ ਲਈ ਪੈਸੇ ਦਿੰਦਿਆਂ ਦੀ ਮੈਡਮ ਦੀ ਉਹ ਕੀ ਮਾਮਲਾ ਹੈ ਉਹ ਤਾਂ ਭਾਜੀ ਮੇਰੇ ਧਿਆਨ 'ਚ ਨਹੀਂ ਸੀ ਹੈਗਾ ਜੀ ਠੀਕ ਹੈ ਜੀ ਹਾਂਜੀ ਅਤੇ ਅਗਰ ਉਹ ਵੀਡੀਓ ਆਉਂਦੀ ਹੈ ਤਾਂ ਤੁਸੀਂ ਆਪਣੇ ਕਲਰਕ 'ਤੇ ਕਾਰਵਾਈ ਕਰੋਗੇ ਜਾਂ ਲਿਖੋਗੇ ਦੇਖੋ ਮੈਂ ਫਿਰ ਵੀਡੀਓ ਦੇਖਣ ਤੋਂ ਬਾਅਦ ਨਾ ਜੋ ਵੀ ਕਾਨੂੰਨੀ